ਭਾਈ ਅੱਜ ਮਾਨੀ ਪਿੰਡੂ ਦਾ ਨਾ ਡੇਰਾ ਜੇ ਐ ਉਹਨਾਂ ਦਾ ਡੇਰਾ ਹੈ ਅਤੇ ਉਹ ਗਏ ਨੇ ਪਾਣੀ ਲੈਣ ਸਾਡੇ ਵਾਸਤੇ ਅਤੇ ਸਾਨੂੰ ਇੱਥੇ ਬਿਠਾ ਗਏ ਨੇ ਆਪਣੇ ਡੇਰੇ 'ਤੇ। ਬਿਸਮਿਲ੍ਲਾਹਿ ਰਹਿਮਾਨ ਰਹਿਮ। ਅਸਲਾਮ ਅਲੈਕੁਮ। ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਭਾਈ ਅਸੀਂ ਆਏ ਹਾਂ ਜੇ ਪਿੰਡੂ ਨੂੰ ਮਿਲਣ, ਲੇਕਿਨ ਉਹ ਤਾਂ ਨਹੀਂ ਮਿਲਿਆ ਹੈਗਾ। ਅਤੇ ਇਹ ਸਾਡੇ ਬੜੇ ਪਿਆਰੇ ਭਾਈ ਮਾਨੀ ਪਿੰਡੂ ਸਾਹਿਬ ਮਿਲੇ ਨੇ ਅਤੇ ਇੰਨਾ ਬੜੀ ਇੱਜ਼ਤ ਦਿੱਤੀ ਹੈ ਸਾਨੂੰ ਆਪਣੇ ਪਿੰਡ ਹੀ ਇਹਨਾਂ ਦੇ ਆਏ ਹਾਂ, ਬੜੀ ਚਾਹਤ ਕੀਤੀ ਹੈ ਅਤੇ ਇਹਨਾਂ ਦਾ ਨਾਲ ਅਸੀਂ ਵਲੋਗ ਬਣਾਉਣ ਲੱਗੇ ਹਾਂ ਅਤੇ ਉਮੀਦ ਕਰਨਾ ਤੁਹਾਨੂੰ ਇਹ ਸਾਡਾ ਵਲੋਗ ਪਸੰਦ ਆਏਗਾ। ਅਤੇ ਭਾਈ ਆਓ, ਸਾਹਮਣੇ ਜੇ ਪੇਂਡੂ ਦਾ ਘਰ ਹੈ ਅਤੇ ਅਸੀਂ ਉਹਦੇ ਘਰ ਦੇ ਬਾਹਰ ਆਊਟਸਾਈਡ 'ਤੇ ਨਾ ਵਲੋਗ ਸ਼ੂਟ ਕਰਨ ਆਏ ਹਾਂ ਮਾਨੀ ਪੇਂਡੂ ਦੇ ਨਾਲ। ਅਤੇ ਇਹ ਸਾਡੇ ਮਾਨੀ ਪੇਂਡੂ ਭਾਈ ਨੇ ਠੀਕ ਠਾਕ ਹੋ? ਅਤੇ ਅੱਲਾ ਦੀ ਕਸਮ ਇਹਨਾਂ ਬੜੀ ਚਾਹਤ ਕੀਤੀ ਹੈ ਜੇ ਪੇਂਡੂ ਜਿੱਡਾ ਮਰਜ਼ੀ ਵੱਡਾ ਯੂਟਿਊਬਰ ਬਣ ਜਾਵੇ, ਲੇਕਿਨ ਮੈਂ ਸਮਝਾਂਗਾ ਕਿ ਉਹ ਛੋਟਾ ਦਾ ਛੋਟਾ ਹੀ ਹੈ। ਕੋਈ ਗੱਲ ਨਹੀਂ ਭਾਈ ਜਾਨ, ਕੋਈ ਗੱਲ ਨਹੀਂ। ਤੇ ਭਾਈ ਹੋਰਾਂ ਨੂੰ ਮਿਲੇ ਆ, ਬੜੀ ਖੁਸ਼ੀ ਹੋਈ ਹੈ, ਇੰਨਾ ਇੱਜ਼ਤ ਦਿੱਤੀ ਹੈ ਭਾਈ ਹੋਰਾਂ ਪਛਾਣੇ ਨਹੀਂ ਮਾਨੀ ਦਾ ਘਰ। ਰਾਹ 'ਚ ਲੱਭ ਪਏ ਤੇ ਬਹਿ ਗਿਆ ਮਾਨੀ ਪਿੰਡੂ ਘਰ ਜਾਣਾ, ਤੇ ਕਹਿੰਦੇ ਮੈਂ ਜਾਂ ਮਾਨੀ ਪਿੰਡੂ ਮੈਂ ਪਹਿਚਾਨਿਆ ਹੀ ਕੋਈ ਨਾ ਭਾਈ, ਉਹ ਇੱਥੇ ਥੱਲੇ ਹੀ ਕੁੜੀ ਅਸੀਂ ਪਿੰਡੂ ਹਾਂ, ਅਸੀਂ ਕੋਈ ਨਾ ਕੋਈ ਜੁਗਾੜ ਲੱਭ ਹੀ ਲੈਣੇ। ਅੱਛਾ ਮਾਨੀ ਭਾਈ, ਤੁਹਾਡੇ ਨਾਲ ਦੋ ਤਿੰਨ ਸਵਾਲ ਕਰਾਂਗਾ। ਕਰੋ ਕਰੋ, ਦੋ ਤਿੰਨ ਹੀ ਪੰਜ। ਤੁਸੀਂ ਆਪਣਾ ਯੂਟਿਊਬ ਚੈਨਲ ਕਿੰਝ ਯਾਨੀ ਸਟਾਰਟ ਕੀਤਾ ਹੈ? ਤੇ ਬਾਅਦ 'ਚ ਫਿਰ ਮੈਂ ਵੀਡੀਓ ਚਾੜੀ, 5-6 ਸਹੀ ਰਿਸਪੋਂਸ ਆਇਆ, 11 ਸਬਸਕ੍ਰਾਈਬਰ ਹੋਏ ਹਨ। ਫਿਰ ਮੈਂ ਬੰਦੇ ਇੱਕ ਦੋ ਨੂੰ ਆਖਿਆ, ਮੈਂ ਨਾ ਮੇਰੇ ਨਾਲ ਵੀਡੀਓ ਬਣਾਓ, ਸਾਫ਼ ਨਹੀਂ ਆ ਰਹੀ ਸਾਫ਼। ਮੈਂ ਮੇਰੇ ਨਾਲ ਵੀਡੀਓ ਬਣਾਓ, ਆਉਂਦੇ ਨਹੀਂ ਯਾਰ ਅਸੀਂ ਨਹੀਂ ਬਣਾਉਣੀ ਵੀਡੀਓ। ਮੈਂ ਚਲੋ ਕੋਈ ਗੱਲ ਨਹੀਂ। ਫਿਰ ਅਗਲੇ ਦਿਨ ਹੀ ਵੀਡੀਓ ਮੇਰੀ ਇੱਕ ਚੱਲ ਗਈ, ਫਿਰ 2000 ਸਬਸਕ੍ਰਾਈਬਰ ਹੋਏ। ਹਾਂਜੀ, 5-6-7 ਸਹੀ ਹੋ ਗਏ, 9000 ਤਕਰੀਬਨ ਹੋਣ ਵਾਲਾ। ਅੱਛਾ, ਤੇ ਨਾਮ ਮੈਨੂੰ ਕਿਸੇ ਮੋਨੀਟਾਈਜ਼ ਕਰਕੇ ਦਿੱਤਾ ਸੀ, ਮੈਂ ਆਪੀ ਹੋਈ ਅੱਲਾ ਲੂ ਕਰ। ਆਪਣੀ ਮਿਹਨਤ 'ਤੇ ਤੁਸੀਂ ਕਾਮਯਾਬ ਹੋਏ? ਹਾਂਜੀ, ਗੱਲ ਮੈਂ ਆਪੀ ਮੋਨੀਟਾਈਜ਼ ਕੀਤਾ, ਮੈਨੂੰ ਜਾਂਚ ਨਹੀਂ ਵਾਸਾ ਵੀ ਅੱਲਾ ਤਾਂ ਪਾਕ ਨੇ ਸਾਥ ਦਿੱਤਾ। ਤੇ ਪਿੰਨ ਵੀ ਆਪੀ ਮੰਗਾਈ, 3 ਮਹੀਨੇ ਕੱਢੇ ਨੇ, ਪਿੰਨ ਵੀ ਆ ਗਈ ਸੀ ਤੇ ਪੇਮੈਂਟ ਵੀ ਪਹਿਲੀ ਆ ਗਈ। ਪਾਕਿਸਤਾਨ ਦੇ ਅੰਦਰ ਪਿੰਨ ਲੇਟ ਹੀ ਆਉਂਦੀ ਹੈ, ਲੇਟ ਆਉਂਦੀ ਹੈ, ਪਿੰਨ ਆ ਵੀ ਆਇਆ ਤੇ ਕੰਮ ਹੋ ਜਾਂਦਾ, ਸ਼ਨਾਖਤੀ ਕਾਰਡ ਆਈਡੀ ਕਾਰਡ ਤੇ ਹੋ ਜਾਂਦਾ। ਤੇ ਆਹੀ ਜੀ ਆਪੀ ਹੀ ਸਭ ਕੁਝ ਕੀਤਾ, ਸਾਰੀ ਮਿਹਨਤ ਆਪੀ ਕੀਤੀ ਹੈ, ਕਿਸੇ ਨੇ ਨਹੀਂ ਆਖਿਆ ਗਈ ਦਾ ਸਬਸਕ੍ਰਾਈਬ ਕਰੋ ਚੈਨਲ। ਤੇ ਅੱਛਾ, ਅਸੀਂ ਨਾ ਜੇ ਪਿੰਡੂ ਨੂੰ ਮਿਲਣ ਆਏ ਹਨ ਤੇ ਉਹਦਾ ਭਾਈ ਆਇਆ ਛੋਟਾ ਸੇਬ ਸਾਬਰ, ਤੇ ਉਹਨੇ ਕਿਹਾ ਕਿ ਉਹ ਭਾਈ ਘਰ ਨਹੀਂ ਹੈ, ਉਹ ਗਏ ਨੇ ਗੁਜਰਾਂ ਵਾਲੇ ਤੇ ਕੱਲ ਆ ਜਾਈ ਉਹ, ਲੇਕਿਨ ਸੀਲੰਗ ਵਾਲੇ ਕਹਿ ਰਹੇ ਹਨ ਕਿ ਉਹ ਘਰ ਜੇ, ਤੇ ਉਹਨੂੰ ਆਵਾਜ਼ ਮਾਰੋ ਛੱਤ ਉੱਤੇ। ਕਹਿੰਦੇ ਨੇ ਘਰ ਨਹੀਂ, ਚਲੋ ਜੀ ਉਹਨਾਂ ਦੀ ਮਰਜ਼ੀ ਜੀ। ਫਿਰ ਵੈਸੇ ਜੋ ਤੁਸੀਂ ਕਹਿ ਰਹੇ ਹੋ ਨਾ ਘਰ ਹੀ ਹੈ, ਮੈਂ ਵੇਖਿਆ ਸੀ ਸਵੇਰੇ। ਸਹੀ ਹੋ ਗਿਆ। ਹੋਰ ਤੇ ਇੱਕ ਸਵਾਲ ਹੈ ਕਿ ਜਿਹੜਾ ਬੰਦਾ ਨਹੀਂ ਸਹੀ ਦੱਸਦਾ ਹੈ, ਬਹੁਤੇ ਜਾਣੇ ਝੂਠ ਹੀ ਮਾਰ ਦੇਣਾ। ਦੱਸੋ ਕਿ ਤੁਹਾਡੀ ਪਹਿਲੀ ਇਨਕਮ ਆ ਗਈ ਹੈ? ਆ ਗਈ, ਮੈਂ ਦੱਸਿਆ ਸੀ ਮੈਂ ਵੀ। ਕਿੰਨੀ ਆਈ ਪਹਿਲੀ ਇਨਕਮ? ਆਈ 42,000 ਆਇਆ। 42,000 ਝੂਠ ਮਾਰਨ ਦੀ ਲੋੜ, ਪੈਸੇ ਤਾਂ ਕੋਈ ਲੈਣੇ ਨੇ, ਇਹ ਤੇ ਗੱਲ ਹੈ। ਤੇ ਯਾਨੀ ਕਿੰਨੇ ਹੁਣ ਆ ਰਹੇ ਨੇ ਤੁਹਾਨੂੰ ਮੰਥਲੀ? ਇਹ ਕਿਹੜਾ ਖੋ ਕੇ ਲੈ ਕੇ ਜਾਣੇ? ਦੋ ਆਈਆਂ ਨੇ, ਇੱਕ 42 ਆਏ ਤੇ ਇੱਕ 35 ਆਏ, ਹੁਣ ਯਾਨੀ ਦੋ ਆਈਆਂ ਨੇ। ਤੇ ਅੱਗੂ $100 ਹੋਏਗਾ ਤੇ ਫੇਰ ਹੀ ਪੂਰੇ ਹੋਏਗਾ। ਡੇਲੀ ਦੀ ਕਿੰਨੀ ਹੋ ਰਹੀ ਹੈ? ਡੇਲੀ ਦੇ $2-3 ਆ ਰਹੇ, 2-3 ਵੀਡੀਓ ਬਣਾਈ ਜਾਂਦਾ ਮੈਂ, ਕੋਈ ਨਾ ਕੋਈ ਤੇ ਚੱਲੇਗੀ ਨਾ। ਅੱਲਾ ਬੰਦਾ ਹਿੰਮਤ ਨਾ ਹਾਰੇ, ਕਿਸੇ ਨਾ ਕਿਸੇ ਦਿਨ ਦੇ ਮੰਜ਼ਿਲ ਤੇ ਉਪੜੇਗਾ, ਕਾਮਯਾਬ ਤੇ ਜ਼ਰੂਰ ਹੋਏਗਾ ਇਨਸ਼ਾਅੱਲਾ। ਅੱਲਾ ਦੇ ਉਹ ਕਹਿੰਦੇ ਨੇ ਨਾ, ਸਿਆਣੇ ਬੰਦਾ ਘਰੋਂ ਨਿਕਲਿਆ ਮੰਜ਼ਿਲ ਦੇ ਤੇ ਪਹੁੰਚ ਹੀ ਜਾਂਦਾ, ਪਹੁੰਚਦਾ ਹੀ ਪਹੁੰਚਦਾ। ਬਾਦਸ਼ਾਹ ਮੰਜ਼ਿਲ ਅਸੀਂ ਨਿਕਲਿਆ ਤੇ ਮਿਲ ਹੀ ਗਏ ਨਾ, ਅਸੀਂ ਬੜੀ ਦੂਰੋਂ ਆਏ ਆ ਭਾਈ। ਪਛਾਣੇ ਨਹੀਂ ਮਾਨੀ ਨਾ ਘਾੜ ਕੇ ਨਾ, ਮੈਂ ਮਾਨੀ ਤੇ ਮੈਂ ਅੱਗੋਂ ਆ ਰਹੇ ਨਹੀਂ ਗਏ ਵਿੱਚ ਗਲੀ 'ਚ, ਤੇ ਅਸੀਂ ਜਾ ਕੇ ਸਿੱਧਾ ਪੁੱਛਿਆ ਮਾਨੀ ਪਿੰਡ ਦਾ ਘਰ ਕੇ ਨਾ, ਸਾਹਮਣੇ ਘਰ ਮੇਰਾ ਹੀ ਹੋ। ਸਾਨੂੰ ਇੱਕ ਮੁੰਡੇ ਨੇ ਕਿਹਾ ਉਹ ਪੱਕੀ ਗਲੀ ਜਾਂਦੀ, ਉਹ ਅੱਗੇ ਟੁਰ ਜਾਇਓ ਇੰਜੀ, ਅਸੀਂ ਫਿਰ ਅਸੀਂ ਗਏ ਅੱਗੇ। ਉਹ ਮੇਰਾ ਘਰ ਹੀ ਉਹ ਲਾਗ ਲੱਗਣੀ ਜਿੱਥੇ ਉਹ ਜਿਹੜਾ ਖੁੱਲਾ ਏਰੀਆ ਸੀ ਉਹਦੇ ਅੰਦਰ ਉਹ ਨੀਲਾ ਘਰ ਆ ਉਹਦਾ, ਤੇ ਨਹੀਂ ਹਮਜ਼ਾ ਸਿੱਧੂ ਦਾ ਹਮਜ਼ਾ ਨੀਲੇ ਰੰਗ ਦਾ ਗੇਟ, ਤੇ ਅੰਦਰੋਂ ਕੱਚਾ ਹੀ ਹੈ, ਕੱਚਾ ਹਮਜ਼ਾ ਦਾ ਘਰ ਹੈ। ਮਾਨੀ ਪਿੰਡੂ ਸਾਹਿਬ ਹੋਰਾਂ ਸਾਡੀ ਬੜੀ ਚਾਹਤ ਕੀਤੀ ਹੈ, ਸਾਨੂੰ ਇੱਜ਼ਤ ਦਿੱਤੀ ਹੈ, ਤੇ ਅਸੀਂ ਵੀ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੀ ਦਾਵਤ ਕਰਨਾ ਚਾਹੁੰਦੇ ਹਾਂ। ਤੇ ਵੇਖੋ ਉਹ ਹੁਣ ਸਾਡੇ ਕੋਲ ਕਦੋਂ ਆਉਂਦੇ ਨੇ, ਤੇ ਅਸੀਂ ਹੁਣ ਵਾਪਸੀ ਚੱਲੇ ਜੇ ਘਰ ਨੂੰ ਭਾਈ ਆ। ਤੇ ਜੇ ਪਿੰਡੂ ਤੇ ਗੁੱਸਾ ਬੜਾ ਜੇ ਮੈਨੂੰ, ਤੇ ਹੈ ਘਰ ਹੀ ਲੇਕਿਨ ਸਾਨੂੰ ਫਿਰ ਨਹੀਂ ਉਹ ਮਿਲਿਆ, ਧੋਖੇਬਾਜ਼ੀ ਕਰ ਗਿਆ।
ते आज दा जेड़ा व्लॉग है वो है। जे तुहानू चंगा लगा चैनल नू सबसक्राइब करो ते नाल बैल आइकन नू लाजमी प्रेस कर लो।